ਖਬਰ ਲੈਂਦੇ ਹਾਂ ਅਜਨਾਲੇ ਤੋਂ। ਹੱਥ ਵਿੱਚ ਪੁਲਿਸ ਦੀ ਵਰਦੀ ਲਈ ਆਪਣੀ ਪਤਨੀ ਦੇ ਨਾਲ ਸੜਕ ਤੇ ਬੈਠਾ ਕੋਈ ਹੋਰ ਨਹੀਂ ਬਲਕਿ ਪੰਜਾਬ ਪੁਲਿਸ ਦੇ ਰਿਟਾਇਰ ਸਬ ਇੰਸਪੈਕਟਰ ਹੈ, ਜੋ ਆਪਣੇ ਹੀ ਵਿਭਾਗ ਦੁਆਰਾ ਇਨਸਾਫ ਨਾ ਮਿਲਣ ਕਰਕੇ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਪੁਲਿਸ ਥਾਣਾ ਰਾਮਦਾਸ ਦੇ ਬਾਹਰ ਆਪਣੀ ਵਰਦੀ ਹੱਥਾਂ ਵਿੱਚ ਲੈ ਕੇ ਬੈਠੇ ਹੋਏ ਹਨ। ਇਸ ਸੰਬੰਧੀ ਪੀੜਤ ਸੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਬਤੌਰ ਸਬ ਇੰਸਪੈਕਟਰ ਰਿਟਾਇਰ ਹੋਇਆ ਹਾਂ। ਉਸ ਦਾ ਜੱਦੀ ਪਿੰਡ ਵਿੱਚ ਉਸ ਦੀ ਜ਼ਮੀਨ ਹੈ, ਜੋ ਉਸ ਦੇ ਭਤੀਜੇ ਦੁਆਰਾ ਕਬਜ਼ਾ ਕੀਤਾ ਗਿਆ ਹੈ, ਜਿਸ ਦੇ ਸੰਬੰਧ ਵਿੱਚ ਰਾਮਦਾਸ ਪੁਲਿਸ ਦੁਆਰਾ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਨੇ ਮੰਗ ਕੀਤੀ ਹੈ ਕਿ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ। ਇਸ ਸੰਬੰਧ ਵਿੱਚ ਪੀੜਤ ਸੁਰਿੰਦਰ ਸਿੰਘ ਨਾਲ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਮੇਰਾ ਨਾਂ ਸੁਰਿੰਦਰ ਸਿੰਘ ਸਾਨੋਵ ਸੋਰਨ ਸਿੰਘ, ਪਿੰਡ ਬਿਲਾ ਡਾਲਾ, ਜ਼ਮੀਨ ਮੇਰੀ ਕਮਾਲਪੁਰ ਖੁਰਦ ਆ ਜੀ, ਕਮਾਲਪੁਰ ਖੁਰਦ ਵਿੱਚ ਆ ਮੇਰਾ। ਸਾਡਾ ਹਿੱਸਾ ਸਾਡੀ 7.25 ਕਿੱਲੇ ਜ਼ਮੀਨ ਆ ਪੰਜਾਂ ਭਰਾਵਾਂ ਦੀ, ਔਰ ਮੇਰੀ ਕੋਈ ਗਰਦੌਰੀ ਦੀ ਜ਼ਮੀਨ ਆ, ਸਰਕਾਰੀ ਜ਼ਮੀਨ ਆ ਗਰਦੌਰੀ ਦਾ ਕਾਬਜ਼ਾ। ਪਹਿਲਾਂ ਮੇਰੇ ਭਰਾ, ਮੇਰੇ ਲੜਕਾ, ਮੇਰਾ ਭਤੀਜਾ ਆ ਗੁਰਮੇਲ ਸਿੰਘ, ਪਿਛਲੇ ਸਾਲ ਉਹਨੇ 18 'ਚ ਮੇਰਾ ਘਰ ਜਿਹੜਾ ਜ਼ਬਰਦਸਤੀ ਪਿੰਡ ਡਾਲੇ 'ਚ ਉਹਨੇ ਖੋਲਿਆ, ਮੇਰਾ ਘਰ ਖੋਲਿਆ। ਮੇਰੀ ਕੋਈ ਸੁਣਵਾਈ ਹੋਈ ਮੈਨੂੰ ਲੋਕਾਂ ਨੇ ਖੋਲਿਆ ਉਹਦੇ ਮੇਰੇ ਖੋਲਿਆ, ਉਹਨਾਂ ਲੋਕਾਂ ਨੇ ਮੈਨੂੰ ਫੈਸਲਾ ਕੀਤਾ, ਮੇਰਾ ਘਰ 6 ਮਰਲੇ ਸਾਰਾ ਵਿੱਚ ਮਕਾਨ ਖੋਲਿਆ, ਲੋਕਾਂ ਨੇ ਫੈਸਲਾ ਕਰਵਾ ਦਿੱਤਾ ਜਿਹਨੂੰ 28 ਮਰਲੇ 'ਚ ਇਹਨੂੰ ਪੈਲੀ ਇੱਥੋਂ ਦੇ ਦਿੰਦੇ, ਉਹਨਾਂ ਪੈਸਾ ਨਹੀਂ, ਉੱਥੇ ਜ਼ਮੀਨ ਉਹਨੇ ਗਹਿਣੇ ਪਈ ਸੀ, ਇੱਥੋਂ ਮੈਨੂੰ 28 ਮਰਲੇ ਜਿਹੜੀ ਉਹ ਵੀ ਨਹੀਂ ਦਿੱਤਾ ਕਬਜ਼ਾ। ਜੁਲਾਈ ਦੇ ਵਿੱਚ ਝੋਨਾ ਲਾਇਆ, ਨਵੰਬਰ 'ਚ ਮੇਰਾ ਸਾਂਝਾ ਝੋਨਾ ਸੀ ਉਹ ਵੀ ਚੋਰੀ ਵੱਢ ਕੇ ਲੈ ਗਿਆ, ਉਹ ਮੈਂ ਸੱਚੋ ਕੋਇਆ ਕੋਈ ਇਨਸਾਫ ਨਹੀਂ ਮਿਲਿਆ। ਫਿਰ ਮੈਨੂੰ ਆ 3 ਫਰਵਰੀ ਨੂੰ ਮੈਨੂੰ ਧਮਕੀਆਂ ਫੋਨ 'ਤੇ ਦਿੱਤੀਆਂ ਵੀ ਪੈਲੀ ਜਿਹੜੀ ਆ ਜ਼ਬਰਦਸਤੀ ਵਾਹ ਲੈਣੀ ਆ, ਜ਼ਬਰਦਸਤੀ ਕਬਜ਼ਾ ਕਰ ਲੈਣਾ ਆ, ਤੂੰ ਜੋ ਕਰਨਾ ਕਰ ਲਾ। ਮੈਂ ਫਿਰ 3 ਫਰਵਰੀ ਨੂੰ ਦਰਖਾਸਤ ਦੇ ਕੇ ਗਿਆ, ਸੱਚੋ ਮੈਨੂੰ ਮਿਲਿਆ ਨਹੀਂ, ਗੱਠਾਂ ਵਾਲੇ ਪਿੱਛੇ ਵੱਲ ਬੈਠਾ ਨੇ ਵੀ ਨੂੰ। ਫਿਰ ਜਦੋਂ ਉਹਨੇ ਮੇਰੀ ਪੈਲੀ ਵਾਲੀ ਕਬਜ਼ਾ ਕਰ ਲਿਆ, ਫਿਰ ਪੈਲੀ ਵਾਲੀ ਕਣਕ ਵਾਲੀ ਮੈਂ ਗਿਆ, ਸੱਚੋ ਦਰਖਾਸਤ ਦੇ ਗਿਆ। 6 ਤਰੀਕ ਨੂੰ ਮੈਂ ਅਤੇ ਮੇਰੀ ਪਤਨੀ ਇੱਥੇ ਫਿਰ ਸੱਚ ਕੋ ਆਏ ਹਾਂ, ਸਾਨੂੰ ਦਬਕੇ ਮਾਰੇ ਨੇ ਸੱਚੋ, ਸਾਨੂੰ ਕੋਈ ਇਨਸਾਫ ਨਹੀਂ। ਚਾਹੇ ਮੇਰਾ ਭਤੀਜਾ ਆ ਗੁਰਮੇਲ ਸਿੰਘ, ਦੂਜਾ ਭਤੀਜਾ ਕੁਲਦੀਪ ਸਿੰਘ ਤੋਤਾ, ਤੀਜਾ ਭਤੀਜਾ ਆ ਆਪਣਾ ਬਲਵਿੰਦਰ ਸਿੰਘ ਮੇਜਰ, ਚੌਥਾ ਉਹਨਾਂ ਲੜਕਾ ਸਿਮਰਜੀਤ, ਇਹ ਉਹ ਜਿਹੜੇ ਦੂਜੇ ਨੇ ਕਰਨੈਲ ਸਿੰਘ ਲੜਕੇ, ਦੂਜੇ ਬਲਕਾਰ ਸਿੰਘ ਲੜਕੇ ਨੇ, ਅਤੇ ਸਿਰਾ ਮੇਰਾ ਬਹੁਤ ਚੌਥੀ ਵਾਰੀ ਮੇਰੇ 'ਤੇ ਹੱਲਾ ਕਰ ਲਿਆ ਚੌਥੀ ਵਾਰੀ ਵਰਦੀ। ਮੈਂ ਪੁਲਿਸ ਮੁਲਾਜ਼ਮ ਹਾਂ, ਮੇਰੀ ਕੋਈ ਸੁਣਵਾਈ ਨਹੀਂ, ਮੇਰੀ ਸੁਣਵਾਈ ਅਤੇ ਬਾਕੀ ਜਨਤਾ ਦੀ ਕੀ ਸੁਣਵਾਈ ਹੋ ਸਕਦੀ ਹੈ, ਮੇਰੀ ਸੁਣਵਾਈ ਨਹੀਂ ਹੋਈ ਹੈ ਇੱਥੇ ਥਾਣੇ 'ਚ ਹੋਈ। ਮੈਂ 6 ਤਰੀਕ ਨੂੰ ਆਇਆ, ਮੇਰੀ ਪਤਨੀ ਨਾਲ, ਅਸੀਂ ਦੋਵੇਂ ਅੰਮ੍ਰਿਤਧਾਰੀ ਹਾਂ, ਸਾਨੂੰ ਇੱਥੇ ਝੂਠ ਬਾਜ ਇੱਥੇ ਮੁਲਾਜ਼ਮ ਖਲੋਤੇ, ਉੱਧਰ ਮੈਨੂੰ ਧੱਕੇ ਮਾਰੇ ਆ ਸੋਚਿਆ ਨੇ। ਇਹ ਮੇਰੀ ਫੈਸਲਾ ਕੀ ਦੱਸਦਾ, ਮੈਨੂੰ ਸੁਣਵਾਈ ਕੀ ਕਰ ਸਕਦਾ, ਦੱਸੋ ਕੀ ਸਕਦਾ। ਮੈਂ ਅਖਬਾਰ ਸਰ ਦਿੱਤਾ ਵੀ, ਪ੍ਰੈਸ ਵੀ ਦਿੱਤਾ ਵੀ, ਮੇਰੀ ਕੋਈ ਸੁਣਵਾਈ ਹੋਈ ਬਿਲੀ ਤੱਕ ਸੁਣਵਾਈ ਕੋਈ ਨਹੀਂ ਹੋਈ। ਕੀ ਮੰਗ ਕਰਦੇ? ਹੁਣ ਮੇਰੀ ਮੰਗ ਕਰਦੇ ਹਾਂ, ਮੇਰੀ ਪੈਲੀ 'ਤੇ ਕਬਜ਼ਾ ਕੀਤਾ ਹੈ ਸਾਰਾ, ਅਸੀਂ 2 ਬਜ਼ੁਰਗ ਆ, ਮੁੰਡੇ ਬੱਚੇ ਸਾਡੇ ਬਾਹਰ ਨੇ, ਅਸੀਂ ਅੰਮ੍ਰਿਤਸਰ ਰਹਿੰਦੇ ਹਾਂ, ਇੱਥੇ ਸਾਡਾ ਕੋਈ ਸਾਥ ਨਹੀਂ ਦਿੰਦਾ। ਉਹਨਾਂ ਲੋਕਾਂ ਦਾ ਲੋਕ ਜਿਹੜਾ ਸਾਥ ਦਿੰਦੇ ਆ, ਉਹਨੇ ਉਹ ਬੜਾ ਤਗੜਾ ਉਹ ਠੱਗ ਆ, ਉਹ ਗੈਂਗਸਟਰ ਜਾ ਕੇ ਪੁੱਛਿਆ ਜਾਵੇ ਇਲਾਕੇ 'ਚ, ਗੇਜਾ ਠੱਗ ਕਰਕੇ ਵੱਜਦਾ ਉਹਦੇ ਧਰਮਕੋਟ ਦੇ ਵਿੱਚ ਜਾ ਕੇ, ਲਾਗੋ ਲੋਕਾਂ ਕਿੰਨੇ ਪੈਸੇ ਲੁੱਟੇ, ਆੜਤੀਆਂ ਗੁਲੁੱਕੇ ਦੂਜਿਆਂ ਲੁੱਕੇ, ਕੋਈ ਡਰਦਾ ਨਹੀਂ ਉਹ ਕੋਲ ਮੰਗਦਾ। ਔਰ ਮੇਰੀ ਪੈਲੀ ਸਾਰੀ ਉਹਨਾਂ 3-4 ਰਲਮ ਕੇ ਆਮ ਸਲਾਹ ਹੋ ਕੇ ਉਹਨਾਂ ਸਾਰੀ ਪੈਲੀ 'ਤੇ ਕਬਜ਼ਾ ਕੀਤਾ, ਔਰ ਮੈਨੂੰ ਵਿੱਚੋਂ ਹੁਣ ਮੇਰੀ ਕਣਕ ਬੀਜੀ, ਕਣਕ ਤਬਾਹ ਕਰਕੇ ਫਿਰ ਉਹਨਾਂ ਕਬਜ਼ਾ ਵੱਟ ਪਾ ਕੇ ਕਬਜ਼ਾ ਕਰ ਲਿਆ। ਹੁਣ ਗੋਡੇ ਬਦਲਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਹੁਣ ਗੋਡਿਆਂ ਦੇ ਇਲਾਜ ਦਾ ਸਫਲ ਆਯੁਰਵੈਦਿਕ ਇਲਾਜ ਆ ਗਿਆ ਹੈ, ਫੀ ਰਿਲੀਫ ਆਇਲ। ਇਸ ਤੋਂ ਇਲਾਵਾ 125 ਬਿਮਾਰੀਆਂ ਦਾ ਸਫਲ ਇਲਾਜ, ਹੁਣ 2 ਲੱਖ ਰੁਪਏ ਵਾਲਾ ਇਲਾਜ ਸਿਰਫ 1313 ਰੁਪਏ ਵਿੱਚ। ਇਸੇ ਸੰਬੰਧ ਵਿੱਚ ਪੁਲਿਸ ਥਾਣਾ ਰਾਮਦਾਸ ਦੇ SHO ਮਨਤੇਜ ਸਿੰਘ ਨੇ ਦੱਸਿਆ ਹੈ
ਕਿ ਉਹਨਾਂ ਦੁਆਰਾ ਦੋਨਾਂ ਪਾਰਟੀਆਂ ਨੂੰ ਬੁਲਾਇਆ ਗਿਆ ਸੀ, ਲੇਕਿਨ ਸੁਰਿੰਦਰ ਸਿੰਘ ਨਹੀਂ ਆਏ। ਉਹਨਾਂ ਨੇ ਕਿਹਾ ਕਿ ਸੁਰਿੰਦਰ ਸਿੰਘ ਨੂੰ ਕਈ ਵਾਰ ਫੋਨ ਵੀ ਕੀਤੇ ਪਰ ਉਹ ਫਿਰ ਵੀ ਨਹੀਂ ਆਇਆ। ਮਨਤੇਜ ਸਿੰਘ SHO ਸਾਹਿਬ ਨਾਲ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਸਿੰਘ ਸਾਡੇ ਡਿਪਾਰਟਮੈਂਟ ਦੇ ਵਿੱਚ ਰਿਟਾਇਰ ਸਬ ਇੰਸਪੈਕਟਰ ਨੇ। ਇਹਨਾਂ ਦੇ ਇੱਥੇ ਕੋਈ ਜ਼ਮੀਨ ਦਾ ਕਮਾਲਪੁਰ ਲਾਗੇ ਕੋਈ ਜ਼ਮੀਨਦਾਰ ਭਤੀਜਿਆਂ ਨਾਲ ਆਪਸ ਵਿੱਚ ਕੋਈ ਝਗੜਾ ਚੱਲਦਾ ਵਾ। ਉਸ ਸੰਬੰਧੀ ਇਹਨਾਂ ਨੇ ਦਰਖਾਸਤ ਦਿੱਤੀ ਸੀ ਆਪਣਾ ਸਾਡੇ ਕੋਲ 3 ਤਰੀਕ ਨੂੰ। ਇਸ ਸੰਬੰਧ ਵਿੱਚ ਅਸੀਂ ਦੋਵਾਂ ਪਾਰਟੀਆਂ ਨੂੰ ਨਾ ਬੁਲਾਉਣ ਦੀ ਵੱਲ ਬੜੀ ਕੋਸ਼ਿਸ਼ ਕੀਤੀ। ਇਹ ਜਿਹੜੀ ਮਦਈ ਧਿਰਿਆ ਸੁਰਿੰਦਰ ਸਿੰਘ ਧਿਰ ਜਿਹਨਾਂ ਦਰਖਾਸਤ ਕਰਤਾ ਧਿਰਿਆ, ਇਹ ਸਾਡੇ ਕੋਲ ਅਸੀਂ ਵਾਰ ਵਾਰ ਬੁਲਾਉਣ 'ਤੇ ਆ ਰਹੇ। ਇਸ ਸੰਬੰਧੀ ਅਸੀਂ ਆਪਣੀਆਂ ਰੋਜ਼ਨਾਮੇ ਦੇ ਵਿੱਚ ਰਿਪੋਰਟਾਂ ਵੀ ਦਰਜ ਕੀਤੀਆਂ ਅਤੇ ਪਰਵਾਨੇ ਵੀ ਜਿਹੜੇ ਤੁਸੀਂ ਵੇਖ ਸਕਦੇ ਜੀ ਇਹਦੇ ਪਰਵਾਨੇ ਵੀ ਅਸੀਂ ਜਾਰੀ ਕੀਤੇ ਆ ਵੀ ਆਣ ਕੇ ਸ਼ਾਮਿਲ ਦਰਿਆਫਤ ਹੋ ਅਤੇ ਦੋਵਾਂ ਪਾਰਟੀਆਂ ਨੂੰ ਸਾਹਮਣੇ ਸਾਹਮਣੇ ਕਰਕੇ ਅਤੇ ਜੋ ਸੱਚਾਈ ਹੋਵੇਗੀ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਏਵਨ ਪੰਜਾਬੀ ਚੈਨਲ ਲਈ ਜਗਜੀਤ ਸਿੰਘ ਦੀ ਅਜਨਾਲੇ ਤੋਂ ਰਿਪੋਰਟ। ਮੈਂ ਆਪਣੇ ਇਹ ਮੋਢਿਆਂ ਅਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੁਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ। ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ, ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।